लुधियाना के वार्ड नंबर 12 के कौंसलर नरेश उप्पल का पैंदा इलाका मोहल्ला सुतंत्र नगर विखे उस समय माहौल गर्म हो गया जदों कौंसलर की टीम के मैंबर वालों सोशल मीडिया से एक वीडियो वायरल की जिस विच उस द्वारा कहा गया कि इस महल्ले 1600 परिवार को राशन असी वंड चुके हाँ तो महल्ले वाले का कहना है कि सानू कौंसलर वालों किसी भी तरह की मदद नहीं की गई ना ही एक भी परिवार को राशन मिले तो उल्टा साडे परिवार उपर परचे दर्ज करवाने दी धमकियां मिल रही हैं। ਤੁਸੀਂ ਦੇਖ ਲਓ ਜੀ ਸਾਡੇ ਨਾਲ ਕੀ ਹੋ ਰਿਹਾ ਵਾ ਸਾਨੂੰ ਕੋਈ ਰਾਸ਼ਨ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਸਾਨੂੰ ਤੇ ਸਾਡਾ ਨਾਮ ਆ ਰਿਹਾ ਵੀ ਇਹਨਾਂ ਨੂੰ ਆਹ ਚੀਜ਼ਾਂ ਉਹਨੇ ਸਾਨੂੰ ਕਿਹਾ ਕਹਿੰਦੇ ਪਰਚਾ ਕਰਾਵਾਂਗੇ ਤੁਹਾਡੇ ਉੱਪਰ ਪਰਚਾ ਬਣਵਾ ਕੇ ਤੁਹਾਡੇ ਤੋਂ ਪਾਣਾ ਪੁਲਿਸ ਬੁਲਾਈ ਸਾਨੂੰ ਡੰਡਿਆਂ ਨਾਲ ਅੰਦਰ ਵਾੜ ਕੇ ਗਈ ਹੈ ਜੀ ਅੱਛਾ ਜੀ ਹਾਂਜੀ ਬਿਲਕੁਲ ਕਹਿੰਦਾ ਬੋਲਣ ਦੀ ਲੋੜ ਨਹੀਂ ਅੰਦਰ ਵਾੜ ਕੇ ਸਰਦਾਰ ਮਿਲਦੀ ਆ ਸਾਨੂੰ ਕੁਝ ਮਿਲਿਆ ਨਹੀਂ ਸਾਨੂੰ ਕਹਿੰਦੇ ਸਾਡੀ ਗਲੀਆਂ 'ਚ ਕਰੋਨਾ ਆ ਗਿਆ ਕੀ ਗੱਲ ਸਾਡੇ ਇੱਥੇ ਬਿਮਾਰ ਦੇ ਠੇਕ ਆ ਦੇ ਠੀਕ ਰਹਿੰਦੇ ਆ ਕਿਸੇ ਨੂੰ ਕੁਝ ਹੋ ਗਿਆ ਸੀ ਕੀ ਕਰਾਂਗੇ ਅਸੀਂ ਕੀ ਕਰਾਂਗੇ ਸਾਨੂੰ ਤਾਂ ਕਰੋਨਾ 'ਚ ਲੈ ਜਾਣਾ ਵੀ ਸਾਨੂੰ ਪਰੇਸ਼ਾਨ ਨਾਲ ਜਾਣ ਕੇ ਪਰੇਸ਼ਾਨ ਕਰਦੇ ਨੇ ਪ੍ਰਧਾਨ ਉੱਠ ਕੇ ਔਰ ਸਾਡਾ ਕੌਂਸਲਰ ਸੁਣੇ ਵੋਟਾਂ ਲੈਣ ਨੂੰ ਸਾਡੇ ਮੂਹਰੇ ਹੱਥ ਜੋੜਦੇ ਨੇ ਹੈ ਹੁਣ ਕਿਸੇ ਨੇ ਆ ਕੇ ਸਾਨੂੰ ਪੁੱਛਿਆ ਤਾਂ ਨਹੀਂ ਹੈਗਾ ਮੁੱਲ ਵੋਟਾਂ ਲੈਣ ਮੁੱਲ ਵੋਟਾਂ ਲੈਣ ਬਜਾਜ ਦੇ ਢਿੱਲੋ ਸਾਹਿਬ ਹੁੰਦੇ ਸਨ ਉਹਨਾਂ ਗਲੀਆਂ ਬਣਾਈਆਂ ਸਾਡੀਆਂ ਕਿਉਂਕਿ ਇੱਥੇ ਬੰਦਾ ਮਰ ਜਾਂਦਾ ਸੀ ਅਸੀਂ ਕਹਿੰਦੇ ਸਾਡਾ ਲੰਮਾ ਕਿਹਾ ਪਾ ਕੌਂਸਲਰ ਦਾ ਕੋਈ ਸਾਨੂੰ ਫਾਇਦਾ ਨਹੀਂ ਇੱਥੇ ਕੋਈ ਸਾਨੂੰ ਸੀ ਕੌਂਸਲਰ ਦਾ ਕੋਈ ਅਸੀਂ 3 ਵਾਰੀ ਗਏ ਆ ਉੱਪਰ ਸਾਹਿਬ ਕੋਲ ਕਹਿੰਦੇ ਤੁਹਾਡੇ ਘਰ ਰਾਸ਼ਨ ਪਹੁੰਚੂਗਾ ਅੱਜ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਹਾਂਜੀ ਹਾਂਜੀ ਰਾਸ਼ਨ ਕਾਰਡ ਬਣਾ ਕੇ ਰੱਖ ਲਏ ਆ उपल वालों असि राशन वंड के आए के घर घर दे के आया 1600 थैली इस महल च आई है एक भी थैली आके कट दियो ते सानू जुत्तियां ला ले अच्छा तुहाडे वार्ड दे प्रधान कहंदे 1600 थैलियां इस समय 1600 थैली इथे वंड के गया ए बंदा बोल रहा अच्छा जी नहीं ते इस बंदे ते केस पैना चाहिदा ए झूठियां फाड़ आ रहा अच्छा और किस बंदे ने इहनू कहा भी इसां वायरल कर अच्छा जी प्रधान ने कहा या इहनू उपल ने कहा किस बंदे ने कहा ते नहीं ते असि इसे तरह सारे थाने जावांगे